ਫੁੱਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਕਾਂਗਰਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਹੀ ਸੁਣਨ ਨੂੰ ਨਹੀਂ ਮਿਲੇਗਾ ਫਿਰ ਇਸ ਤਰ੍ਹਾਂ ਲੋਕ ਕਹਿ ਦਿੰਦੇ ਆ ਫਿਰ ਕਿ ਇੱਕ ਤਰ੍ਹਾਂ ਦਾ ਬੀਜਪੀ ਨੂੰ ਸਪੋਰਟ ਕਰ ਰਹੇ ਨੇ ਨਿਹੰਗ ਬਾਬਾ ਹਰਜੀਤ ਸਿੰਘ ਕਾਂਗਰਸ ਉਹ ਪਾਰਟੀ ਆ ਜਿਨੇ ਹਰ ਮੰਦਰ ਟਾਇਆ ਠੀਕ ਹੈ ਗੁਰੂ ਰਾਮਦਾਸ ਦੇ ਦਰ ਤੇ ਜਿਨ੍ਹਾਂ ਨੇ ਤੋਪਾਂ ਟੈਂਕਾਂ ਦੇ ਨਾਲ ਚੜਾਇਆ ਜੇ ਜੀ ਅੱਜ ਦੀ ਸਰਕਾਰ ਆ ਉਹਨੇ ਤਾਂ ਮੰਦਰਾਂ ਦਾ ਨਿਰਮਾਣ ਕੀਤਾ ਹੈ ਧਰਮ ਨੂੰ ਜਿਹੜੀ ਪਾਰਟੀ ਅੱਗੇ ਰੱਖ ਕੇ ਚੱਲਦੀ ਆ ਉਹੀ ਧਰਮ ਤੇ ਰਹੇਗੀ ਉਹੀ ਸੱਚ ਤੇ ਰਹੇਗੀ ਫਿਊਚਰ ਦੇ ਵਿੱਚ ਤੁਹਾਨੂੰ ਜਿਵੇਂ ਅਸੀਂ ਕਹਿੰਦੇ ਆ ਕਿ ਅਜਾਇਬ ਘਰ ਦੇ ਵਿੱਚ ਤੁਹਾਨੂੰ ਇਹਨਾਂ ਦੇ ਝੰਡੇ ਤੇ ਜ ਇਹਨਾਂ ਦੇ ਨਿਸ਼ਾਨ ਦੇਖਣ ਨੂੰ ਮਿਲਣਗੇ ਕਿ ਸਾਡੇ ਦੇਸ਼ ਦੀ ਇਹ ਕੋਈ ਪਾਰਟੀ ਹੁੰਦੀ ਸੀ ਸਿੱਧਾ ਤੌਰ ਤੇ ਬੀਜੇਪੀ ਨੂੰ ਸਪੋਰਟ ਕਰਦੇ ਹਾਂ ਦੇਸ਼ ਦਾ ਪ੍ਰਧਾਨ ਮੰਤਰੀ ਬਾਹਰ ਤੋਂ ਨਹੀਂ ਸਾਡਾ ਆਪਣਾ ਹੈ ਤਾਂ ਸਾਨੂੰ ਚੰਗੀ ਚੀਜ਼ ਦੀ ਤਾਰੀਫ ਕਰਨੀ ਚਾਹੀਦੀ ਹੈ ਇਹ ਸਾਡੇ ਲੋਕ ਨੇ ਮੰਦਿਰ ਸਾਡੇ ਨੇ ਕਿਸੇ ਬਹਾਰੀ ਕੰਟਰੀ ਤੇ ਥੋੜੀ ਆ ਜੇ ਅਸੀਂ ਆਪਣੇ ਮੰਦਰਾਂ ਤੇ ਆਪਣੇ ਦੇਸ਼ ਤੇ ਆਪਣੀ ਗਵਰਨਮੈਂਟ ਦਾ ਸਹਿਯੋਗ ਨਹੀਂ ਕਰਾਂਗੇ ਤਾਂ ਕੌਣ ਕਰੂਗਾ ਮੁਗਲਾਂ ਨੇ ਸਾਡੇ ਤੇ ਅਤਿਆਚਾਰ ਕੀਤੇ ਸਾਡੇ ਦੇਸ਼ ਦੇ ਵਿੱਚ ਸਾਡੀਆਂ ਭੈਣਾਂ ਨੂੰ ਟਕੇ ਟਕੇ ਤੇ ਵੇਚਿਆ ਏਕੇ ਸਾਡੇ ਤੇ ਇਹ ਜ਼ੁਲਮ ਢਾਕੇ ਸਾਡੇ ਤੇ ਜਵਰੀ ਆਪਣੇ ਜ਼ੋਰ ਨਾਲ ਬਣਾਏ ਹੋਏ ਢਾਂਚੇ ਨੇ ਅਗਰ ਇਹਨਾਂ ਨੂੰ ਮੰਦਰਾਂ ਤੇ ਗੁਰਦੁਆਰਿਆਂ 'ਚ ਕਨਵਰਟ ਕਰੇ ਤਾਂ ਇਹ ਤੇ ਵੱਧ ਕੇ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ 1858 ਦੇ ਉਸ ਦਿਨ ਅਸਲ 'ਚ ਹੋਇਆ ਕੀ ਤੁਹਾਡੇ ਪੂਰਵਜ ਨੇ ਤੁਹਾਨੂੰ ਸਾਰੀ ਜਾਣਕਾਰੀ ਹੋਵੇਗੀ ਕਿ ਗੱਲਬਾਤ ਕੀ ਹੋਈ ਸੀ ਉਹਨਾਂ ਸਮੇਂ 'ਚ ਕਿਸ ਦਾ ਰਾਜ ਸੀਗਾ ਔਰ ਕੌਣ ਸੀ ਔਰ ਜੋ ਸਾਡੇ ਪੂਰਵਜ ਪਹਿਲਾ ਜਿਹੜੀ ਇੱਟ ਲੱਗੀ ਆ ਓਰੇ ਰਾਮ ਮੰਦਰ ਦੀ ਉਹ ਸਾਡੇ ਬਜ਼ੁਰਗਾਂ ਵੱਲੋਂ ਲਾਈ ਗਈ ਆ ਸਭ ਤੋਂ ਪਹਿਲਾਂ ਜਦੋਂ ਰਾਮ ਜੀ ਦਾ ਨਾਮ ਲੈਣਾ ਉਰੇ ਲੋਕੀ ਮੰਨ ਲਓ ਇੱਕ ਅਪਰਾਧ ਸੀ ਕਿ ਉਹਨੂੰ ਹੁਕਮ ਨਹੀਂ ਸੀ ਕਿ ਤੁਸੀਂ ਉਥੇ ਨੇੜੇ ਨ ਵੀ ਮੱਝ ਦੇ ਲੰਘ ਜਾਓ ਉਸ ਸਮੇਂ ਦੇ ਵਿੱਚ ਉਹਨਾਂ ਨੇ ਫਿਰ ਉਹਨਾਂ ਸਾਰੇ ਮੁਗਲਾਂ ਦੇ ਮੂੰਹ ਮੋੜਦਿਆਂ ਹੋਇਆਂ ਉਥੇ ਹਵਨ ਵੀ ਕੀਤਾ ਤੇ ਰਾਮ ਰਾਮ ਵੀ ਲਿਖਿਆ ਤੁਸੀਂ ਹੁਣ ਲਿਖਤੀ ਦੋਗੇ ਕਿ ਸਾਨੂੰ ਅਯੁੱਧਿਆ ਚ ਪੱਕੀ ਥਾਂ ਦਿੱਤੀ ਜਾਵੇ ਤਾਂ ਜੋ ਪੱਕੇ ਡੇਰੇ ਰਸੂਲਪੁਰ ਵਾਲਿਆਂ ਦੇ ਅਯੁੱਧਿਆ ਵਾਲੇ ਵੱਜਣ ਬਾਬਾ ਫਕੀਰ ਸਿੰਘ ਜੀ ਇੱਕ ਸਾਡੇ ਸਾਰਿਆਂ ਦੇ ਸਾਂਝੇ ਨੇ ਉਹ ਇਕੱਲੇ ਸਾਡੇ ਹੀ ਨਹੀਂ ਹੈਗੇ ਉਹ ਪੂਰੇ ਦੇਸ਼ ਦੇ ਨੇ ਉਹ 100 ਕਰੋੜ ਹਿੰਦੂਆਂ ਦੇ ਨੇ ਸਨਾਤਨੀਆਂ ਦੇ ਨੇ ਹਰ ਧਰਮ ਦਾ ਨੇ ਉਹ ਗੱਲ 1858 ਦੀ ਕਰੀਏ ਤਾਂ ਉਹਨਾਂ ਸਮਿਆਂ 'ਚ RAM ਦਾ ਨਾਮ ਲੈਣਾ ਵੀ ਅਯੁੱਧਿਆ 'ਚ ਡਰ ਵਰਗਾ ਮਾਹੌਲ ਹੁੰਦਾ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਨਿਹੰਗ ਬਾਬਾ ਫਕੀਰ ਸਿੰਘ ਨੇ ਹਵਨਕੁੰਡ ਬਣਵਾਇਆ ਰਾਮ ਦੇ ਨਾਮ ਦੀ ਇੱਟ ਲਗਾਈ ਔਰ ਪੂਰੇ ਅਯੁੱਧਿਆ ਦੇ ਵਿੱਚ ਕੋਇਲੇ ਦੇ ਨਾਲ ਰਾਮ ਦਾ ਨਾਮ ਲਿਖਿਆ ਇਹ ਦਾਵਾ ਉਹਨਾਂ ਦੀ 8ਵੀਂ ਪੀੜ੍ਹੀ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਕਰਦੇ ਨੇ ਔਰ ਅਯੁੱਧਿਆ ਦੇ ਵਿੱਚ ਇਸ ਵਕਤੋਂ ਮੌਜੂਦ ਨੇ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਪਿਆਰ ਪ੍ਰੇਮ ਜੋ ਸੰਤਾ ਮਹੰਤਾ ਦਾ ਮਿਲ ਰਿਹਾ ਉਸ ਨੂੰ ਦੇਖ ਕੇ ਪੰਜਾਬ ਦੇ ਵਿੱਚ ਵੀ ਜੋ ਵੀਡੀਓਜ਼ ਚੱਲ ਰਹੀਆਂ ਨੇ ਦੇਸ਼-ਦੇਸ਼ 'ਚ ਵੀਡੀਓ ਚੱਲ ਰਹੀਆਂ ਨੇ ਕਿ ਕਿੰਨਾ ਪਿਆਰ ਉਹਨਾਂ ਨੂੰ ਮਿਲ ਰਿਹਾ ਹੈ ਮੰਦਰ ਦੇ ਵਿੱਚ ਸਿੱਖਾਂ ਦਾ ਲੰਗਰ ਚੱਲਣਾ ਇਹ ਵੀ ਇੱਕ ਵੱਖਰੀ ਤਰ੍ਹਾਂ ਦੀ ਰੀਤ ਵੱਖਰੀ ਤਰ੍ਹਾਂ ਦੀ ਤਸਵੀਰ ਅੱਜ ਦੇ ਸਮੇਂ 'ਚ ਦੇਖਣ ਨੂੰ ਮਿਲੀ ਹੈ ਮੇਰੇ ਨਾਲ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਸਮਿਆਂ ਦੀ ਜਿਨ੍ਹਾਂ ਸਮਿਆਂ ਦੇ ਵਿੱਚ ਅਯੁੱਧਿਆ ਦੇ ਵਿੱਚ ਇੱਕ ਡਰ ਵਰਗਾ ਮਾਹੌਲ ਹੁੰਦਾ ਸੀ ਪਰ ਉਹਨਾਂ ਦੇ ਪੂਰਵਜਾਂ ਨੇ ਜੋ ਇੱਕ ਕੰਮ ਕੀਤਾ ਅੱਜ ਜੋ ਕੰਮ ਸਿਰੇ ਚੜਿਆ ਤਾਂ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਤੋਂ ਸਵਾਗਤ ਕਰਦੇ ਹਾਂ ਬਾਬਾ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸ਼ੁਰੂ ਤੋਂ ਗੱਲਾਂ ਹੁੰਦੀਆਂ ਆਈਆਂ ਕਿ ਸਾਡੇ ਪੂਰਵਜਾਂ ਨੇ ਇਸ ਥਾਂ ਤੇ ਆ ਕੇ ਹਵਨ ਕੁੰਡ ਬਣਵਾਇਆ ਵਿਸਥਾਰ ਚ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ 1858 ਦੇ ਉਸ ਦਿਨ ਅਸਲ ਚ ਹੋਇਆ ਕੀ ਸਾਡੇ ਪੂਰਵਜ ਨੇ ਤੁਹਾਨੂੰ ਸਾਰੀ ਜਾਣਕਾਰੀ ਹੋਵੇਗੀ ਕਿ ਗੱਲਬਾਤ ਕੀ ਹੋਈ ਸੀ ਉਹਨਾਂ ਸਮੇਂ ਚ ਕਿਸ ਦਾ ਰਾਜ ਸੀਗਾ ਔਰ ਕੌਣ ਸੀ ਉਹ ਸਾਡੇ ਪੂਰਵਜਾਂ ਉਨੰਦਾ ਨਾਮ ਸੀਗਾ ਨਿਹੰਗ ਬਾਬਾ ਫਕੀਰ ਸਿੰਘ ਜੀ ਤੇ ਇਹ ਦਾਵਾ ਜਿਹੜਾ ਹੈਗਾ ਅਸੀਂ ਨਹੀਂ ਕੋਰਟ ਦੇ ਵਿੱਚ ਸਰਕਾਰ ਵੱਲੋਂ ਜਿਹੜੀ ਇੱਥੇ ਮੰਨ ਲਓ ਟਰਸਟ ਵੱਲੋਂ ਕੀਤਾ ਗਿਆ ਕਿ ਜਿਹੜੇ ਸਾਡੇ ਬਜ਼ੁਰਗ ਤੇ ਉਹਨਾਂ ਦੀ ਐਫਆਈਆਰ ਇੱਕ ਸੀਗੀ ਜਿਹੜੀ ਇੱਥੇ ਅਜੋਧਿਆ कोतवाल ਤੋਂ ਕਢਵਾਈ ਗਈ ਸੀ ਉਹ ਐਫ ਆਈ ਆਰ ਅੰਗਰੇਜ਼ਾਂ ਦੇ ਸਮੇਂ ਦੀ ਕੱਟ ਹੋਈ ਆ ਵੈਰੀਫਾਈ ਆ ਸਾਰਾ ਕੁਝ ਤੇ ਸੁਪਰੀਮ ਕੋਰਟ ਨੇ ਉਤੇ ਮੋਹਰ ਲਾਈ ਹੋਈ ਆ ਉਹਨੂੰ ਐਕਸੈਪਟ ਕੀਤਾ ਹੈਗਾ ਕਿ ਇੱਕ ਇੱਕ ਇਹਦਾ ਮੰਦਰ ਦਾ ਸਭ ਤੋਂ ਪੁਰਾਣਾ ਜਿਹੜਾ ਲੀਗਲ ਡਾਕੂਮੈਂਟ ਜਿਹੜਾ ਅੱਜ ਦੀ ਦੁਨੀਆ ਦਾ ਜਿਹੜਾ ਹੈਗਾ ਟੈਕਨੋਲੋਜੀ ਦਾ ਦੁਨੀਆ ਦਾ ਉਹੀ ਮੰਨੇਗਾ ਕਿ ਪਹਿਲੀ ਐਫ ਆਈ ਆਰ ਜਿਹੜੀ ਕੱਟ ਹੋਈ ਆ ਉਹ ਸਾਡੇ ਬਜ਼ੁਰਗਾਂ ਤੇ ਕੱਟ ਹੋਈ ਆ ਦੂਸਰਾ ਅਰ ਜਦੋਂ ਉਹਨਾਂ ਨੇ ਹਵਨ ਕੀਤਾ ਤਾਂ ਹਵਨਕੁੰਡ ਬਣਾ ਕੇ ਕੀਤਾ ਹੋਵੇਗਾ ਤੇ ਮੈਂ ਇਹ ਵੀ ਗੱਲ ਆ ਕਿ ਪਹਿਲਾ ਜਿਹੜੀ ਇੱਟ ਲੱਗੀ ਆ ਓਰੇ ਰਾਮ ਮੰਦਰ ਦੀ ਉਹ ਸਾਡੇ ਬਜ਼ੁਰਗਾਂ ਵੱਲੋਂ ਲਾਈ ਗਈ ਆ ਸਭ ਤੋਂ ਪਹਿਲਾਂ ਜਦੋਂ ਰਾਮ ਜੀ ਦਾ ਨਾਮ ਲੈਣਾ ਓਰੇ ਲੋਕੀ ਮੰਨ ਲਓ ਇੱਕ ਅਪਰਾਧ ਸੀ ਕਿ ਉਹਨੂੰ ਹੁਕਮ ਨਹੀਂ ਸੀ ਕਿ ਤੁਸੀਂ ਉੱਥੇ ਨੇੜੇ ਨਾ ਵੀ ਮੱਝ ਦੇ ਲੰਘ ਜਾਓ ਉਸ ਸਮੇਂ ਦੇ ਵਿੱਚ ਉਹਨਾਂ ਨੇ ਫਿਰ ਉਹਨਾਂ ਸਾਰੇ ਮੁਗਲਾਂ ਦੇ ਮੂੰਹ ਮੋੜਦਿਆਂ ਹੋਇਆਂ ਉੱਥੇ ਹਵਨ ਵੀ ਕੀਤਾ ਤੇ ਰਾਮ ਰਾਮ ਵੀ ਲਿਖਿਆ ਤੁਹਾਨੂੰ ਤੁਸੀਂ ਅਯੋਧਿਆ ਦੇ ਵਿੱਚ ਆਏ ਤੁਹਾਡੇ ਬਜ਼ੁਰਗਾਂ ਦੀ ਕੋਈ ਤੁਹਾਨੂੰ ਇੱਥੇ ਥਾਂ ਜਿੱਥੇ ਕੋਈ ਕੁੰਡ ਬਣਾਇਆ ਹੋਵੇ ਜਾਂ ਕਿੱਥੇ ਰਹਿੰਦੇ ਸੀ ਕੁਝ ਪਤਾ ਲੱਗਿਆ ਕੁਝ ਥਾਂ ਮਿਲੀ ਹੋ ਦੇਖੋ ਅਯੋਧਿਆ ਜਿਹੜੀ ਹੈ ਤਕਰੀਬਨ ਹਰ ਦਿਨ ਬਦਲਦੀ ਜਾ ਰਹੀ ਹੈ ਇੱਥੇ ਵੱਡੇ ਮਹਾਂਪੁਰਖ ਨੇ ਜਿਹੜੇ ਮੰਨ ਲਓ ਉਹਨਾਂ ਬਾਰੇ ਦੱਸਦੇ ਨੇ ਹਨਾ ਇਹ ਸਾਰੇ ਨੂੰ ਇੱਥੇ ਪਤਾ ਹੀ ਆ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਉਹਨਾਂ ਦੀ ਕੁਰਬਾਨੀ ਕੀ ਹੈ ਤੇ ਅਸੀਂ ਇਸ ਪ੍ਰੋਗਰਾਮ ਤੇ ਬਾ ਜਿਹੜਾ ਲਿਖਤੀ ਰੂਪ ਦੇ ਵਿੱਚ ਸਾਤੇ ਉਹਨਾਂ ਨੇ ਮੰਗਿਆ ਕਿ ਸਾਨੂੰ ਲਿਖਤੀ ਰੂਪ ਚ ਵਿੱਚ ਦੋ ਤਾਂ ਜੋ ਤੁਹਾਨੂੰ ਇੱਥੇ ਪ੍ਰੋਪਰ ਸਥਾਨ ਦਿੱਤਾ ਜਾਵੇ ਕਿਹਨੇ ਕਿਹਾ ਇੱਥੇ ਬਹੁਤ ਸਾਰੇ ਮਹਾਪੁਰਖ ਸਾਡੇ ਕੋ ਆਉਂਦੇ ਨੇ ਜਿਹੜੇ ਸਾਨੂੰ ਕਹਿੰਦੇ ਨੇ ਕੀ ਤੁਸੀਂ ਲਿਖਤੀ ਰੂਪ ਤੇ ਵਿੱਚ ਇਹ ਦੇਣਾ ਕੀ ਲਿਖਤੀ ਰੂਪ ਚ ਕੀ ਦੇਣਾ ਵੀ ਤੁਸੀਂ ਸਾਡੇ ਬਜ਼ੁਰਗਾਂ ਦੇ ਨਾਮ ਤੇ ਇਥੇ ਸਥਾਨ ਵਾਸਤੇ ਥਾਂ ਦਿੱਤੀ ਜਾਵੇ ਤਾਂ ਜੋ ਇਹ ਲੰਗਰ ਨਿਰੰਤਰ ਚੱਲਦਾ ਰਹੇ ਅੱਛਾ ਮਤਲਬ ਤੁਸੀਂ ਹੁਣ ਲਿਖਤੀ ਦੋਵਗੇ ਕਿ ਸਾਨੂੰ ਅਯੁੱਧਿਆ ਚ ਪੱਕੀ ਥਾਂ ਦਿੱਤੀ ਜਾਵੇ ਤਾਂ ਜੋ ਪੱਕੇ ਡੇਰੇ ਰਸੂਲਪੁਰ ਵਾਲਿਆਂ ਦੇ ਅਯੁੱਧਿਆ ਵਾਲੇ ਵੱਜਣ ਦੇ ਦੇਖੋ ਇਹ ਤਾਂ ਕੋਈ ਮੰਨ ਲਓ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਜੇ ਲੈਣੀ ਮੋਲ ਲੈਣੀ ਹੋਵੇ ਤਾਂ ਆਪਾਂ ਸਵੇਰੇ ਲੈ ਲਈਏ ਮੋਲ ਦੀ ਆਪਣੀ ਇੱਛਾ ਨਹੀਂ ਹੈਗੀ ਗੱਲ ਤਾਂ ਇਹ ਹੈ ਕਿ ਟਰਸਟ ਦਵੇ ਸਰਕਾਰ ਦਵੇ ਕਿ ਉਹਨਾਂ ਦੀ ਵੱਡੀ ਕੁਰਬਾਨੀ ਹੈ ਤੇ ਇਹ ਸਾਨੂੰ ਮਾਣ ਵੀ ਹੈ ਪਰ ਸਾਡੀ ਕੋਈ ਮੰਗਣ ਦੀ ਇੱਛਾ ਨਹੀਂ ਹੈਗੀ ਪਰ ਇੱਕ ਜਿਹੜੀ ਸਾਂਝੀ ਵਿਰਾਸਤ ਹੈ ਬਾਬਾ ਫਕੀਰ ਸਿੰਘ ਜੀ ਇੱਕ ਸਾਡੇ ਸਾਰਿਆਂ ਦੇ ਸਾਂਝੇ ਨੇ ਉਹ ਕੱਲੇ ਸਾਡੇ ਨਹੀਂ ਹੈਗੇ ਉਹ ਪੂਰੇ ਦੇਸ਼ ਦੇ ਨੇ ਉਹ 100 ਕਰੋੜ ਹਿੰਦੂਆਂ ਦੇ ਨੇ ਸਨਾਤਨੀਆਂ ਦੇ ਨੇ ਹਰ ਧਰਮ ਦਾ ਨੇ ਉਹ ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਉਸ ਸਮੇਂ ਦੇ ਵਿੱਚ ਇਸ ਦੇਸ਼ ਵਾਸਤੇ ਸਾਡੀ ਸੰਸਕ੍ਰਿਤੀ ਵਾਸਤੇ ਸਾਡੀ ਸਭਿਆਤਿ ਵਾਸਤੇ ਉਸ ਰਾਮ ਪ੍ਰਭੂ ਦੇ ਉਸ ਮੰਦਰ ਵਾਸਤੇ ਕੀਤੀ ਤੁਸੀਂ ਉਹ ਲੀਗਲ ਡਾਕੂਮੈਂਟ ਲੈਣ ਦੀ ਕੋਸ਼ਿਸ਼ ਕੀਤੀ ਕੋਰਟ ਦੇ ਵਿੱਚੋਂ ਹੈਗੇ ਨੇ ਉਹ ਡਾਕੂਮੈਂਟ ਕਿੰਨੇ ਨਾਮ ਨੇ ਨਿਹੰਗ ਸਿੰਘਾਂ ਦੇ ਉਹਨਾਂ ਵਿੱਚ ਜਿਹੜਾ ਮੇਨ ਨਾਮ ਹੈ ਆਪਣੇ ਬਜ਼ੁਰਗਾਂ ਦਾ ਹੀ ਆ ਕਿਉਂਕਿ ਉਹ ਹੀ ਕਮਾਂਡਰਡ ਸੀਗੇ ਬਾਕੀ 25 ਉਹਨਾਂ ਦੇ ਨਾਲ ਹੋਰ ਜਿਹੜੇ ਨੇ ਮੰਨ ਲਓ ਸਿੰਘ ਗਏ ਉਹਨਾਂ ਦੇ ਜਥੇ ਕੋਲ ਜਿਵੇਂ ਅੱਜ ਦੀ ਰੇਡ ਵਿੱਚ ਅਸੀਂ ਹੈ ਤਾਂ ਬਹੁਤ ਸਾਰੇ ਆਏ ਆ ਲੇਕਿਨ ਨਾਮ ਮੇਨ ਜਿਹੜਾ ਹੈਗਾ ਜਿਹੜਾ ਮੋਢੀ ਲੈ ਕੇ ਚੱਲਦਾ ਜਿਹੜਾ ਜ਼ਿੰਮੇਵਾਰ ਪਰਸਨ ਉਸੇ ਦਾ ਹੀ ਹੁੰਦਾ ਉਸ ਵਿੱਚ ਕੁਛ ਥਾਥ ਹੁੰਦਾ ਜ਼ਿਕਰ ਹੈ ਕਿ ਸਫੇ ਨਹੀਂ ਮੰਦਰ ਦਾ ਹੀ ਜ਼ਿਕਰ ਹੈ ਕਿਹੜੇ ਮੰਦਰ ਦਾ ਜਿਹੜਾ ਅੱਜ ਜਿੱਥੇ ਰਾਮ ਲੱਲਾ ਜੀ ਬਰਾਜਣ ਜਾ ਰਹੇ ਨੇ ਉਸੇ ਮੰਦਰ ਦਾ ਜ਼ਿਕਰ ਹੈ ਉੱਥੇ ਹੀ ਉਹ ਜ਼ਿਕਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਮਸਜਿਦ ਦੇ ਅੰਦਰ ਹਵਨਕੁੰਡ ਬਣਾਇਆ ਸੀ ਹਾਂਜੀ ਅੱਛਾ ਕਿਉਂਕਿ ਉਹਨਾਂ ਨੇ ਕਿਉਂਕਿ ਪਹਿਲਾਂ ਸਾਨੂੰ ਉੱਥੇ ਐਂਟਰੀ ਨਹੀਂ ਸੀ ਹਿੰਦੂਆਂ ਨੂੰ ਖਾਸ ਕਰ ਮਸਜਿਦ ਦੇ ਨੇੜੇ ਨੂੰ ਵੀ ਲੰਘਣ ਦੀ ਐਂਟਰੀ ਨਹੀਂ ਸੀ ਉਸ ਕਿਉਂਕਿ ਉਹ ਵਿਵਾਦਿਤ ਇੱਕ ਢਾਂਚਾ ਸੀਗਾ ਜਿਹਦੇ ਵਿੱਚ ਉਹਨੂੰ ਵਿਵਾਦਿਤ ਢਾਂਚੇ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਤੇ ਉਹ ਵਿੱਚ ਐਂਟਰ ਹੋਏ ਤੇ ਉਹਨੂੰ ਪ੍ਰੋਪਰ ਕਬਜ਼ੇ ਚ ਲੈ ਕੇ ਫਿਰ ਉੱਥੇ ਉਹਨਾਂ ਨੂੰ ਤੁਹਾਨੂੰ ਕਿਹੜੇ ਸੰਚ ਪਤਾ ਲੱਗਿਆ ਸੀ ਕਿ ਸਾਡੇ ਬਜ਼ੁਰਗਾਂ ਨੇ ਇੰਨਾ ਕੁਝ ਕੀਤਾ ਉੱਥੇ ਜਾ ਕੇ ਕਦੋਂ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗਦੀਆਂ ਮੈਨੂੰ ਤਾਂ ਇਹ ਬਚਪਨ ਤੋਂ ਹੀ ਸਾਡੇ ਬਜ਼ੁਰਗ ਸੀਗੇ ਮੇਰੇ ਦਾਦਾ ਜੀ ਪਰਦਾਦਾ ਜੀ ਉਹ ਦੱਸਦੇ ਹੁੰਦੇ ਸੀਗੇ ਕਿਉਂਕਿ ਸਾਡੇ ਜਿਹੜੇ ਪਿਛਲੇ ਬਜ਼ੁਰਗ ਸੀਗੇ ਜਿਵੇਂ ਅੱਜ ਤੁਹਾਨੂੰ ਸਾਡੇ ਪਰਦਾਦਿਆਂ ਨੇ ਸੁਣਾਈ ਗੱਲ ਉਹ ਫਿਰ ਖੋਜ ਹੁੰਦੀ ਹੈ ਤੁਹਾਡਾ ਕਿੰਨਾ ਉਤਸ਼ਾਹ ਹੈ ਕਿੰਨਾ ਕਿ ਤੁਹਾਡਾ ਉਹ ਪਿਆਰ ਹੈ ਸਨਾਤਨ ਸਾਧੂਆਂ ਦੇ ਨਾਲ ਵਿਚਰਦਿਆਂ ਹੋਇਆਂ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅੱਜ ਸਰਕਾਰ ਹੀ ਨੇ ਉਹ ਚੀਜ਼ਾਂ ਮੰਨ ਲਓ ਸਾਰੇ ਆਪਣੇ ਪੇजेस ਤੇ ਵੱਖ-ਵੱਖ ਜਗ੍ਹਾ ਤੇ ਸ਼ੇ ਤਾਂ ਹੀ ਕੀਤੀਆਂ ਜੇ ਉਹ ਚੀਜ਼ ਆਯੁੱਧਿਆ ਦੇ ਵਿੱਚ ਤੁਸੀਂ ਰਾਮ ਦੇ ਨਾਮ ਦਾ ਲੰਗਰ ਲਗਾ ਰਹੇ ਹੋ ਨਿਹੰਗ ਬਾਬਾ ਫਕੀਰ ਸਿੰਘ ਦੇ ਨਾਮ ਤੇ ਕੁਝ ਕਰ ਰਹੇ ਹੋ ਕੋਈ ਕਾਰਜਕ੍ਰਮ ਕੋਈ ਉਹਨਾਂ ਦੀ ਯਾਦ ਦੇ ਵਿੱਚ ਕੋਈ ਟਰਸਟ ਵਾਲਿਆਂ ਨਾਲ ਗੱਲ ਕੀਤੀ ਹੈ ਕਿ ਅਸੀਂ ਕੋਈ ਪ੍ਰੋਗਰਾਮ ਕਰੀਏ ਜਿਸ ਚ ਪਤਾ ਲੱਗੇ ਕਿ ਪਹਿਲੀ ਐਫਆਈਆਰ ਸਾਡੇ ਤੇ ਹੋਈ ਹੈ ਕੁਝ ਅਜੀਹਾ ਕੋਈ ਪ੍ਰੋਗਰਾਮ ਲਿਖਿਆ ਕੁਝ ਦੇਖੋ ਇੱਥੇ ਤਕਰੀਬਨ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਹੈਗੀ ਇੱਥੇ ਸਾਰਿਆਂ ਨੂੰ ਆਲਰੇਡੀ ਪਤਾ ਹੈ ਇਸ ਗੱਲ ਬਾਰੇ ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕਿਆ ਤੇ ਹੁਣ ਤਾਂ ਪੰਜਾਬ ਨੂੰ ਜਿਹੜਾ ਹੈਗਾ ਉਹਨੂੰ ਵੀ ਪਤਾ ਲੱਗ ਚੁੱਕਿਆ ਇੱਥੇ ਤਾਂ ਅਜੋਧਿਆ ਨੂੰ ਪਹਿਲਾਂ ਹੀ ਪਤਾ ਹੈ ਲੇਕਿਨ ਜਿਹੜਾ ਆਫੀਸ਼ੀਅਲ ਤੌਰ ਤੇ ਜਿਹੜਾ ਸਾਡੇ ਪਰਿਵਾਰ ਵੱਲੋਂ ਜਾਂ ਮੇਰੇ ਵੱਲੋਂ ਤੁਸੀਂ ਕਹਿ ਸਕਦੇ ਆ ਵੀ ਲੰਗਰ ਲਗਾਉਣਾ ਜਿੱਥੇ ਅੱਜ ਰਾਮ ਮੰਦਰ ਜੀ ਦਾ ਮੰਦਰ ਬਣਿਆ ਤੁਸੀਂ ਦੇਖੋਗੇ ਕਿਤੇ ਤੇ ਦੀਪਕ ਬਣ ਕੇ ਆਇਆ ਕਿਤੇ ਤੇ ਅਰਗਵਤੀ ਬਣ ਕੇ ਆਈ ਕਿਤੇ ਤੇ ਪੰਨ ਚੱਦ ਆਏ ਵੱਖ-ਵੱਖ ਚੀਜ਼ਾਂ ਹਰ ਸਟੇਟ ਨੇ ਹਰ ਕਮਿਊਨਿਟੀ ਨੇ ਇੱਥੇ ਨੂੰ ਭੇਜੀਆਂ ਤੇ ਮੈਨੂੰ ਇਹ ਲੱਗਦਾ ਹੈ ਕਿ ਉਹ ਸਾਡੀ ਗੁਰੂ ਨਾਨਕ ਨੇ ਉਸ ਪ੍ਰਮਾਤਮਾ ਨੇ ਸਾਡੀ ਲਾਜ ਰੱਖ ਲਈ ਸਾਰੇ ਪੰਜਾਬੀਆਂ ਦੀ ਪੰਜਾਬੀਆਂ ਦੀ ਲਾਜ ਇੰਜ ਵੀ ਰੱਖੀ ਗਈ ਔਰ ਤੁਸੀਂ ਇੱਕ ਗੱਲ ਹੋਰ ਮੰਨਦੇ ਹੋ ਕਿ ਜੋ ਬਾਬਰ ਸੀ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਜੇਲ੍ਹ ਕੀਤੀ ਸੀ ਅੱਜ ਉਸੇ ਬਾਬਰ ਦਾ ਸਮਰਾਜ ਦਾ ਵਿਨਾਸ਼ ਹੋਇਆ ਹਾਲਾਂਕਿ ਅਸੀਂ ਧਰਮ ਨਾਲ ਨਹੀਂ ਜੋੜਦੇ ਅਸੀਂ ਅਸੀਂ ਕਿਸੇ ਅਸੀਂ ਮਸਜਿਦ ਦੇ ਨਾਲ ਨਹੀਂ ਜੋੜਦੇ ਪਰ ਜੋ ਬਾਬਰ ਦੀ ਨਿਸ਼ਾਨੀ ਸੀ ਬਾਬਰ ਨੇ ਆਪਣੀ ਮਰਜ਼ੀ ਲਈ ਆਪਣੇ ਲਈ ਜੋ ਮਸਜਿਦ ਬਣਾਈ ਸੀ ਹਣਾ ਕਿਵੇਂ ਦੇਖਦੇ ਇੱਕ ਤਰ੍ਹਾਂ ਦੇਖਦੇ ਹੋ ਨਾ ਕਿ ਸਿੱਖਾਂ ਦੀ ਵੀ ਜਿੱਤ ਬਿਲਕੁਲ ਦੇਖੋ ਮੈਂ ਤਾਂ ਇਹੀ ਕਹੂੰਗਾ ਕਿ ਮੋਗਲਾ ਨੇ ਸਾਡੇ ਤੇ ਅਤਿਆਚਾਰ ਕੀਤੇ ਸਾਡੇ ਦੇਸ਼ ਦੇ ਵਿੱਚ ਸਾਡੀਆਂ ਭੈਣਾਂ ਨੂੰ ਟਕੇ ਟਕੇ ਤੇ ਵੇਚਿਆ ਸਾਡੀਆਂ ਉਹਨਾਂ ਨੂੰ ਜੇ ਕਹੀਏ ਕਿ ਕਿਉਂਕਿ ਜਿਨੇ ਉਹਨਾਂ ਦੇ ਢਾਂਚੇ ਨੇ ਇਹ ਸਾਰੇ ਸਾਡੇ ਮੱਥੇ ਤੇ ਇੱਕ ਕਲੰਕ ਵਰਗੇ ਨੇ ਕਿ ਸਾਡੇ ਤੇ ਇਹ ਜ਼ੁਲਮ ਢਾ ਕੇ ਸਾਡੇ ਤੇ ਜਵਰੀ ਆਪਣੇ ਜ਼ੋਰ ਨਾਲ ਬਣਾਏ ਹੋਏ ਢਾਂਚੇ ਨੇ ਅਗਰ ਇਹਨਾਂ ਨੂੰ ਮੰਦਰਾਂ ਤੇ ਗੁਰਦੁਆਰਾਂ 'ਚ ਕਨਵਰਟ ਕਰੇ ਤਾਂ ਇਤੇ ਵੱਧ ਕੇ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲਿਆਂ ਦਾ ਇਹ ਲੰਗਰ ਤਾਂ ਚੱਲਦਾ ਹੀ ਰਹਿਣਾ ਤੁਹਾਡਾ ਅਗਲਾ ਕੀ ਟਾਰਗੇਟ ਹੈ ਕੀ ਅੱਗੇ ਕਰਨ ਜਾ ਰਹੇ ਹੋ ਕੋਈ ਇੱਥੇ ਡੇਰਾ ਸਥਾਪਿਤ ਕਰਨ ਦੀ ਗੱਲਬਾਤ ਹੋ ਰਹੀ ਹੈ ਕਿ ਕੋਈ ਚੌਣ ਲੜਨ ਦੀ ਗੱਲਬਾਤ ਵੀ ਹੋ ਰਹੀ ਹੈ ਸੁਣਨਾ ਦੇਖੋ ਇਥੇ ਚੋਣ ਦੀ ਕੋਈ ਇਹ ਜਿਹੀ ਗੱਲ ਨਹੀਂ ਨਹੀਂ ਪੰਜਾਬ ਚ ਪੰਜਾਬ ਦੇ ਵਿੱਚ ਵੀ ਕੋਈ ਉਹ ਨਹੀਂ ਕਿ ਕਿ ਰਾਜਨੀਤਿਕ ਪਾਰਟੀਆਂ ਨੂੰ ਤਾਂ ਸਭ ਕੋ ਪੰਜਾਬ ਦੇ ਮੁੱਖ ਮੰਤਰੀ ਨੂੰ 22 ਤਰੀਕ ਦੀ ਛੁੱਟੀ ਕਰਨੀ ਚਾਹੀਦੀ ਹੈ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਸਾਡਾ ਅਗਰ ਉਹ ਹਿੰਦੂਆਂ ਦੇ ਨਾਲ ਸਨਾਤਨੀ ਭਾਈਆਂ ਦੇ ਨਾਲ ਕਿਉਂਕਿ ਇਹ ਸਰਕਾਰਾਂ ਕੀ ਨੇ ਸਮੇਂ-ਸਮੇਂ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਦੀਆਂ ਆਈਆਂ ਨੇ ਪਰ ਮੈਂ ਕਹਾਂਗਾ ਤੁਸੀਂ ਸਭ ਕੁਝ ਛੱਡ ਦਿਓ ਤੁਸੀਂ 22 ਤਰੀਕ ਦੀ ਛੁੱਟੀ ਕਰੋ ਪਹਿਲਾਂ ਸਾਰੇ ਦੇਸ਼ ਨੂੰ ਔਰ ਜਸ਼ਨ ਮਨਾਓ ਪੂਰੇ ਦੇਸ਼ ਨੂੰ ਤੁਸੀਂ ਇੱਕ ਅਨਾਉਂਸ ਕਰ ਕਿ ਜਿਹੜਾ ਰਾਮ ਮੰਦਰ ਜਿਹੜਾ ਬਣਿਆ ਇਹ ਬੜੀ ਖੁਸ਼ੀ ਦੀ ਗੱਲ ਆ ਉਹਦੇ ਵਿੱਚ ਇਹਨਾਂ ਨੂੰ ਸ਼ਿਰਕਤ ਕਰਨੀ ਪੰਜਾਬ ਸਰਕਾਰ ਗਵਰਨਮੈਂਟ ਨੂੰ ਵੀ ਇੱਥੇ ਕੁਛ ਨਾ ਕੁਛ ਭੇਜਣਾ ਚਾਹੀਦਾ ਸੀ ਜਿੱਥੇ ਪੰਜਾਬ ਗਵਰਨਮੈਂਟ ਨੇ ਭੇਜਣਾ ਸੀ ਸਾਡਾ ਯੋਗਦਾਨ ਸਿੱਖ ਹਮੇਸ਼ਾ ਜਿਹੜੇ ਨੇ ਮੰਦਰਾਂ ਗੁਰਦੁਆਰਿਆਂ ਦੀ ਜਿਹੜੀ ਆਕਸੀ ਸਾਂਝ ਨੂੰ ਅੱਗੇ ਲੈ ਕੇ ਚੱਲੇ ਨੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਮੰਦਰ ਬਣਾਏ ਨੇ ਅਸੀਂ ਚੀਤ ਭਗਤ ਸਿੰਘ ਦੀਆਂ ਕੁਰਬਾਨੀਆਂ ਦੀ ਗੱਲ ਕਰਦੇ ਆ ਤਾਂ ਇਦੇ ਵਿੱਚ ਵੀ ਪੰਜਾਬ ਗਵਰਨਮੈਂਟ ਦਾ ਇੱਕ ਯੋਗਦਾਨ ਬਣਦਾ ਸੀ ਪਰ ਉਹਨਾਂ ਨੇ ਅਜੇ ਤੱਕ ਮੈਨੂੰ ਲੱਗਦਾ ਸ਼ਾਇਦ ਨਹੀਂ ਪਾਇਆ ਤੁਹਾਡੀ ਕੀ ਤਿਆਰੀਆਂ ਚੱਲ ਰਹੀਆਂ 22 ਜਨਵਰੀ ਨੂੰ ਤੁਸੀਂ ਜਾ ਰਹੇ ਹੋ ਸਨਾਤਨ ਜਿਵੇਂ ਤੁਸੀਂ ਕਹਿੰਦੇ ਸਨਾਤਨ ਦੇ ਵਿੱਚੋਂ ਨਿਕਲਿਆ ਸਭ ਕੁਝ ਹਨਾ ਪਹਿਰਾਵਾ ਹੋਵੇ ਤਾਂ ਹੋਵੇਗਾ ਫਿਰ ਤੁਹਾਡਾ 22 ਜਨਵਰੀ ਦੇਖੋ ਪਹਿਰਾਵਾ ਜਿਹੜਾ ਮੇਰਾ ਇਸ ਸਮੇਂ ਪਹਿਨਿਆ ਹੈ ਖਾਲਸਾ ਹੀ ਪਹਿਰਾਵਾ ਇਹ ਸਨਾਤਨੀ ਪਹਿਰਾਵਾ ਨਹੀਂ ਨੂੰ ਕਿਹਾ ਜਾ ਸਕਦਾ ਅਰ ਦੂਸਰਾ ਇਹ ਪਹਿਰਾਵਾ ਅਗਰ ਤੁਸੀਂ ਪਿੱਛੇ ਜਾਓਗੇ ਨਾ ਜਦੋਂ ਧਰਤੀ ਦੀ ਸਾਜਣਾ ਹੋਈ ਜਦੋਂ ਸਤਿਗੁਰੂ ਧਰਤੀ ਤੇ ਆਏ ਇਹ ਉਦੋਂ ਦਾ ਹੀ ਪਹਿਰਾਵਾ ਹੈਗਾ ਪਹਿਰਾਵਾ ਕਟਿੰਗ ਕਰਨ ਦੇ ਨਾਲ ਚੇਂਜ ਹੋਇਆ ਰੱਖਣ ਦੇ ਨਾਲ ਨਹੀਂ ਨਾ ਬਦਲਿਆ ਹੈਗਾ ਸੋ ਪੁਰਾਣੇ ॠषि मुनि ਜਿੰਨੇ ਵੀ ਨੇ ਸਾਰੇ ਕੇਸਾਂ ਧਾਰੀ ਨੇ ਸੋ ਉਹਦਾਂ ਨੂੰ ਸਪੈਸ਼ਲ ਕੁਛ ਡਰੈਸ ਵੱਖਰੀ ਕਾੰਦੀ ਇਛਾ ਰੱਖਦਾ ਕਿ ਕੀ ਕਿਹੜਾ ਰੰਗ ਰੰਗ ਤਾਂ ਹੁਣ ਮਹਾਰਾਜ ਜੀ ਜਾਣਦੇ ਨੇ ਰੰਗ ਤਾਂ ਸਮੇਂ ਦੇ ਮੁਤਾਬਕ ਹੀ ਪਤਾ ਲੱਗੂਗਾ ਕਿਹੜਾ ਰੰਗ ਹੈ ਭਗਵਾ ਰੰਗ ਭਗਵਾ ਵੀ ਪਾ ਲਾਂਗੇ ਕੀ ਗੱਲ ਹੈ ਇਹ ਭਗਵਾ ਕੋਈ ਬਾਹਰ ਦਾ ਥੋੜੀ ਹੈ ਬਤੀ ਰੰਗ ਨੇ ਸ੍ਰਿਸ਼ਟੀ ਦੇ ਵਿੱਚ ਸਾਰੇ ਆਪਣੇ ਹੀ ਨੇ ਸਭੇ ਰੰਗ ਸੁਹਾਵਣੇ ਨੇ ਕੋਈ ਰੰਗ ਦਾ ਕੋਈ ਕਿਸੇ ਨਾਲ ਉਹ ਨਹੀਂ ਹੈਗਾ ਪਰ ਗੁਰੂ ਦਾ ਖਾਲਸਾ ਜਿਹੜਾ ਗੁਰੂ ਦਾ ਜਿਹੜਾ ਰੂਪ ਹੈ ਉਹ ਨਿਆਰਾ ਹੈ ਤੇ ਉਹ ਨਿਆਰਾ ਹੀ ਦਿਖੇਗਾ ਕਿੰਨੇ ਕੁ ਸਿੰਘ ਤੁਸੀਂ ਜਾਓਗੇ 22 ਤਰੀਕ ਨੂੰ ਅੰਦਰ ਕਿ ਤੁਸੀਂ ਨਹੀਂ ਇੱਥੇ ਕਿਸੇ ਨੂੰ ਵੀ ਤੁਸੀਂ ਅੰਦਰ ਨਾਲ ਲੈ ਕੇ ਨਹੀਂ ਜਾ ਸਕਦੇ ਇਹਦੀ ਗਾਈਡਲਾਈਨਸ ਨੇ ਮੰਨ ਲਓ ਇੱਥੇ ਤੱਕ ਜਿਹੜੇ ਮੰਨ ਲਓ ਵੱਡੇ ਵੱਡੇ ਜਿਹੜੇ ਖਾੜਿਆਂ ਦੇ ਜਾਂ ਮਠਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਵੀ ਆਦੇਸ਼ ਹੈ ਕਿ ਉਹ ਨਾਲ ਕੋਈ ਚੀਜ਼ ਲੈ ਰਹੀ ਨਹੀਂ ਕਰ ਸਕਦੇ ਜੈਡ ਸਕਿਉਰਟੀ ਵੀ ਨਹੀਂ ਲੈ ਕੇ ਜਾ ਸਕਦੇ ਆਪਣਾ ਕੋਈ ਸੇਵਾਦਾਰ ਵੀ ਨਹੀਂ ਲੈ ਕੇ ਜਾ ਸਕਦੇ ਲਿਮਟਡ ਸੀਟਸ ਨੇ ਹਰ ਸੀਟ ਤੇ ਪ੍ਰੋਪਰ ਨੰਬਰ ਲੱਗਿਆ ਹੋਵਾ ਹੋਗਾ ਉਹੀ ਬੈਠ ਸਕਦਾ ਪੰਜਾਬ ਤੋਂ ਕੋਈ ਸੰਗਤ ਆਈ ਹੈ ਲੰਗਰ ਦਾ ਸੇਵਨ ਕਰਨ ਕੋਈ ਮਿਲੇ ਤੁਹਾਨੂੰ ਪੰਜਾਬ ਤੋਂ ਕਾਫੀ ਆਏ ਨੇ ਹਾਂਜੀ ਬੜੇ ਖੁਸ਼ ਨੇ ਬਹੁਤ ਖੁਸ਼ ਨੇ ਬੜੀਆਂ ਸੈਲਫੀਆਂ ਲੈਂਦੇ ਨੇ ਬਹੁਤ ਖੁਸ਼ ਨੇ ਮੈਂ ਦੇਖਿਆ ਤੁਹਾਨੂੰ ਇੱਥੋਂ ਦੀ ਕੋਈ ਮਥਰਾ ਤੋਂ ਆਇਆ ਕੋਈ ਕਿੱਥੋਂ ਬਾਰਾਨੀ ਸੀ ਤੁਹਾਡੇ ਨਾਲ ਸੈਲਫੀਆਂ ਲੈ ਰਿਹਾ ਹੈ ਤੁਹਾਡੇ ਤੋਂ ਸੁਝਾਅ ਲੈ ਰਹੇ ਨੇ ਕਿ ਜ਼ਿੰਦਗੀ ਦੇ ਵਿੱਚ ਅੱਗੇ ਕੀ ਕਰਨਾ ਚਾਹੀਦਾ ਤਾਂ ਫਿਰ ਉਦੋਂ ਕਿਵੇਂ ਦਾ ਮਹਿਸੂਸ ਹੋ ਰਿਹਾ ਸੁਝਾਅ ਦੇਣ ਵੇਲੇ ਤੁਹਾਨੂੰ ਦੇਖੋ ਗੁਰੂ ਨਾਨਕ ਦਾ ਪ੍ਰਚਾਰ ਆ ਉਹ ਮੈਨੂੰ ਨਹੀਂ ਮੇਰੇ ਬਾਣੇ ਨੂੰ ਨਮਸ਼ਕਾਰ ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਾਣੇ ਨੂੰ ਨਮਸ਼ਕਾਰ ਕਰਦੇ ਆ ਮੈਂ ਆਪਣੇ ਬਾਪੂ ਦੀ ਆਵਾਜ਼ ਨੂੰ ਦੁਨੀਆ ਤੇ ਲੈ ਕੇ ਜਾਣ ਦੀ ਇੱਛਾ ਰੱਖਦਾ ਕੱਲ ਹੀ ਤਾਂ ਪਾਤਸ਼ਾਹ ਦੀ ਆਵਾਜ਼ ਆ ਜਿਹੜੀ ਉਹਦਾ ਜਿਹੜਾ ਬਾਣਾ ਜਿਹੜਾ ਹੈਗਾ ਜਿਹੜਾ ਨਿਹੰਗ ਸ਼ਬਦ ਹੈ ਅੱਜ ਦੁਨੀਆ ਦੇ ਵਿੱਚ ਨਿਹੰਗਾਂ ਦਾ ਜਿਹੜਾ ਹੈਗਾ ਬਹੁਤ ਸਤਕਾਰ ਵਧਿਆ ਹੈਗਾ ਤਕਰੀਬਨ ਤਕਰੀਬਨ ਜਿੰਨੇ ਵੀ ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ ਤੁਸੀਂ ਨਿਹੰਗ ਕੌਣ ਨੇ ਨਿਹੰਗਾਂ ਨੇ ਕੀ ਕੀ ਇਸ ਦੇਸ਼ ਵਾਸਤੇ ਕੀਤਾ ਕੀ ਕੀ ਕੁਰਬਾਨੀਆਂ ਨੇ ਉਹ ਅੱਜ ਹਰ ਬੰਦੇ ਦੇ ਅੱਗੇ ਪਹੁੰਚੀ ਹੈ ਜ਼ਿੰਦਗੀ ਦੇ ਵਿੱਚ ਹਰ ਕੋਈ ਸੋਚਦਾ ਕਿ ਅਸੀਂ ਅੱਗੇ ਕੀ ਕਰਨਾ ਹੈ ਜੇਕਰ ٹرسٹ ਤੁਹਾਨੂੰ ਥਾ ਦੇਂਦੇ ਨੇ ਫਿਰ ਕੀ ਕੁਝ ਸੋਚ ਰੱਖਿਆ ਤੁਸੀਂ ਕਿ ਕੀ ਕੁਝ ਕਰਾਂਗੇ ਅਯੁੱਧਿਆ ਦੇ ਵਿੱਚ ਕਿਹੋ ਜਿਹਾ ਸਿਨੈਰੀਓ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਤੁਹਾਡੇ ਅਗਲੇ ਜਿਹੜੀ ਪੀੜ੍ਹੀ ਹੋਏਗੀ ਕੀ ਉਹਨਾਂ ਨੂੰ ਇਹਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਕਿ ਨਿਹੰਗ ਬਾਬਾ ਫਕੀਰ ਸਿੰਘ ਦੀ ਯਾਦ ਦੇ ਵਿੱਚ ਕੀ ਕੁਝ ਪਲਾਨ ਕੀਤਾ ਹੋਇਆ ਹੈ ਦੇਖੋ ਸਭ ਤੋਂ ਮਹਿਨਤ ਜਿਹੜਾ ਪਾਰਟ ਹੈ ਕਿ ਇੱਥੇ ਅਸੀਂ ਉਹਨਾਂ ਦੇ ਨਾਮ ਤੇ ਇੱਕ ਆਸਥਾਨ ਬਣਾਵਾਂਗੇ ਜਿੱਥੇ ਮਹਾਰਾਜੀ ਦਾ ਪ੍ਰਕਾਸ਼ ਹੋਵੇਗਾ ਬਕਾਇਦਾ ਸਾਰੀ ਚੀਜ਼ਾਂ ਨੂੰ ਧਿਆਨ ਚ ਰੱਖਦਾ ਇੱਕ ਵਿਰਧ ਆਸ਼ਮ ਜਿਹੜੇ ਸਾਧੂ ਕੋਈ ਆਵੇ ਤਾਂ ਉਹਨੂੰ ਰਾਤ ਕੱਟਣੀ ਹੋਵੇ ਕੋਈ ਦਿੱਕਤ ਨਾ ਆਵੇ ਦੂਸਰਾ ਪਾਠ ਕੀ ਆਏਗਾ ਕਿ ਲੰਗਰ ਜਿਹੜਾ ਹੈਗਾ ਸਾਡਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਸਾਨੂੰ ਲੰਗਰ ਦੀ ਸੇਵਾ ਅੱਜ ਜੋ ਦੁਨੀਆ ਦੇ ਵਿੱਚ ਅਗਰ ਪੰਜਾਬ ਤੋਂ ਕੋਈ ਚੀਜ਼ ਆਈ ਆ ਜਾਂ ਪ੍ਰੈਜ਼ੈਂਟ ਕੀਤੀ ਆ ਚਾਹੇ ਮੀਡੀਆ ਨੇ ਚਾਹੇ ਵੱਖ-ਵੱਖ ਮਾਧਿਅਮ ਦੇ ਰਹੀਆਂ ਉਹ ਲੰਗਰ ਜਿਹੜਾ ਹੈਗਾ ਪੰਜਾਬ ਵੱਲੋਂ ਗਿਣਿਆ ਜਾ ਰਿਹਾ ਹਰਜੀਤ ਸਿੰਘ ਵੱਲੋਂ ਨਹੀਂ ਗਿਣਿਆ ਜਾ ਰਿਹਾ ਸੋ ਅਸੀਂ ਉਸ ਨੂੰ ਨਿਰੰਤਰ ਫੇਚ ਲਾਵਾਂਗੇ ਬਾਕੀ ਜਿਵੇਂ ਪਰਮੇਸ਼ਵਰ ਕਰਾਈ ਹੋਏ ਚੱਲੀ ਜਾਣੀਆਂ ਸੇਵਾਵਾਂ ਕੋਈ ਬਹੁਤ ਇਹਨੂੰ ਪਲੈਨਿੰਗਸ ਦੇ ਨਾਲ ਨਹੀਂ ਗੁਰੂ ਘਰ ਦੇ ਕੰਮ ਚੱਲਦੇ ਇਹ ਤਾਂ ਜਿਹਾ ਜਿਹਾ ਫੁਰਨੇ ਆਈ ਜਾਣਗੇ ਜੋ ਸਤਗੁਰੂ ਕਰਾਈ ਜਾਣੇ ਕਰੀ ਜਾਵਾਂਗੇ ਅੱਜ ਵੀ ਟਰੱਕ ਆਏ ਪੰਜਾਬ ਤੋਂ ਪੰਜਾਬ ਤੋਂ ਟਰੱਕ ਕੱਲ ਵੀ ਆਏ ਨੇ ਅੱਜ ਵੀ ਆਏ ਨੇ ਤੇ ਮਾਲ ਆਪਣੇ ਅਨਲੋਡ ਹੋਏਗਾ ਹੁਣ ਜਿਵੇਂ ਲੱਗ ਗਿਆ ਹੈਗਾ ਤਗੀ ਮੈਂ ਜਹੀ ਜੀ ਲੋਡ ਹੈ ਉਹ ਹੈ ਸਮਾਨ ਜਿਹੜਾ ਹੈਗਾ ਆਪਾਂ ਚੰਡੀਗੜ੍ਹ ਤੋਂ ਹੀ ਸਾਰਾ ਪਰਚੇਜ ਕਰ ਰਹੇ ਆ ਇਹਨੇ ਘੱਟ ਸਿੰਘ ਉਹ ਤੁਸੀਂ ਮੈਂ ਦੇਖ ਰਿਹਾ ਸੀਗਾ ਉੱਥੇ ਕਿਵੇਂ ਮੈਨੇਜ ਕਰ ਰਹੇ ਹੋ ਇੰਨਾ ਸਾਰਾ ਕੰਮ ਨਾਲ ਹੋਰ ਵੀ ਕੋਈ ਹੈਲਪਰ ਨੇ ਕੋਈ ਆ ਚਾਰਤਾ ਮੰਦਿਰ ਜਿਹੜਾ ਉਹਨਾਂ ਦੇ ਕੋਈ ਪੰਡਿਤ ਪੁਜਾਰੀ ਵੀ ਤੁਹਾਡੇ ਸੰਪਰਕ ਚ ਨੇ ਕਿ ਜਿੰਨੇ ਸੇਵਾਜ਼ਾਰ ਲੈਣੇ ਲੈ ਲੋ ਕਿ ਲੋਡ ਪੈ ਰਿ ਕਿ ਨਹੀਂ ਪੈ ਰਿ ਅਸੀਂ ਇੱਥੇ ਘਰ ਲਿਆ ਬਾਈਕ ਕਿਰਾਏ ਤੇ ਕਿਉਂਕਿ ਜਿਹੜੇ ਸ਼ਾਮ ਦੇ ਟਾਈਮ ਜਿਹੜੇ ਸਿੰਘ ਨੇ ਉਹ ਚੇਂਜ ਹੋਉਂਦੇ ਇੱਕ ਸਾਡੇ ਸਿੰਘ ਦੇ ਭਰਾ ਦੀ ਡੈਥ ਹੋ ਗਈ ਆ ਤੇ ਉਹਦੇ ਨਾਲ ਫਿਰ ਜਿਹੜੇ ਤਿੰਨ ਸਿੰਘ ਜਿਹੜੇ ਆ ਉਹ ਪੰਜਾਬ ਵਾਪਸ ਜੰਮੂ ਨੂੰ ਗਏ ਨੇ ਹਾਂਜੀ ਤੇ ਉਹਦੇ ਕਰਕੇ ਵੀ ਆ ਬਾਕੀ ਸਿੰਘ ਵਾਧਾ ਨੇ ਸਿੰਘ ਤਾਂ ਇਕੱਲਾ ਹੀ 2 ਲੱਖ ਹੁੰਦਾ ਠੀਕ ਨਹੀਂ ਤੇ ਇੱਥੇ ਤਕਰੀਬਨ ਸਵੇਰੇ 5 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਸਾਡਾ ਪਹਿਰਾ ਹੁੰਦਾ ਮੰਨ ਲਓ ਕੋਈ ਕਿਸੇ ਵੀ ਚੀਜ਼ ਤੋਂ ਕਦੇ ਖਾਲੀ ਨਹੀਂ ਮੋੜਿਆ ਗੁਰੂ ਨਾਨਕ ਦੀ ਇਹ ਕਿਰਪਾ ਹੈਗੀ ਆ तकरीबन तकरीबन ਹਿੰਦੁਸਤਾਨ ਦੇ ਹਰ ਸਾਧੂ ਇੱਥੇ ਆ ਕੇ ਨਮਸਕਾਰ ਕਰਕੇ ਗਿਆ ਤੁਸੀਂ ਤੁਸੀਂ ਜਦੋਂ ਅਯੁੱਧਿਆ ਆ ਰਹੇ ਸੀ ਕੁਝ ਵੱਖਰੇ ਮੈਸੇਜ ਦੇ ਕੇ ਆ ਰਹੇ ਸੀ ਲੋਕਾਂ ਨੂੰ ਕਿ ਜਾਣਾ ਚਾਹੀਦਾ ਹੁਣ ਤੁਸੀਂ ਜਦੋਂ ਪੰਜਾਬ ਜਾਓਗੇ ਕੀ ਮੈਸੇਜ ਲੈ ਕੇ ਜਾਓਗੇ ਇਥੋਂ ਕਿਹੜਾ ਮੈਸੇਜ ਤੁਹਾਡਾ ਵੱਖਰਾ ਹੋਏਗਾ ਇਥੋਂ ਜਿਹੜਾ ਪੰਜਾਬ ਜਾਏਗਾ ਮੇਰਾ ਆਉਣ ਵਾਲੇ ਸਮੇਂ 'ਚ ਇੱਕ ਹੀ ਹੋਵੇ ਕਿ ਆਪਾਂ ਜੇ ਪਾਸ਼ਾ ਨੂੰ ਪਾਇਆ ਦਾ ਆਉਣ ਵਾਲੇ ਜਿਹੜਾ 2024 ਚ ਇੱਕ ਸਰਬ ਧਰਮ ਸੰਮੇਲਨ ਕਰਾਉਣ ਦੀ ਇੱਛਾ ਰੱਖੂਗਾ ਮੈਂ ਜਿਹਦੇ ਵਿੱਚ ਤਕਰੀਬਨ ਜਿਹੜਾ ਹੈਗਾ ਹਰ ਸਾਧੂ ਨੂੰ ਬੁਲਾਇਆ ਜਾਊਗਾ ਸਾਰੇ ਪੰਜਾਬ ਚ ਹਾਂਜੀ ਠੀਕ ਹੈ ਚੰਡੀਗੜ੍ਹ ਜਾਂ ਪੰਜਾਬ ਦੇ ਵਿੱਚ ਜਿੱਥੇ ਸਤਿਗੁਰੂ ਨੂੰ ਪਾਇਆ ਉਹਦੇ ਵਿੱਚ ਹਰ ਧਰਮ ਦਾ ਹਰ ਜਥੇਬੰਦੀ ਨੂੰ ਅਸੀਂ ਇੱਕ ਸਟੇਜ ਤੇ ਇਕੱਠੀ ਕਰਾਂਗੇ ਜਿਹਦੇ ਵਿੱਚ ਸਾਡਾ ਆਪਸੀ ਪਿਆਰ ਆਪਸੀ ਇਤفاق 4 ਵੱਜ ਜਵੇ। ਇਹ ਹੀ ਇਹ ਸੁਪਨਾ ਤੁਹਾਡਾ। ਇਹ ਮੇਰਾ ਮਨ ਦਾ ਇੱਕ ਸੁਪਨਾ। ਯਾਰ ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਚ ਸਿੱਖ ਧਰਮ ਦੇ ਨਾਲ ਆ ਜਾਂ ਤਕਸਾਲ ਦੇ ਨਾਲ, ਐਜੀਪੀਸੀ ਦੇ ਨਾਲ ਸੰਬੰਧ ਰੱਖਣੀਆਂ। ਜਿੰਨੀਆਂ ਵੀ ਜਥੇਬੰਦੀਆਂ ਹਨ ਉਹਨਾਂ ਸਾਰੀਆਂ ਨੂੰ ਮੈਂ ਇੱਕ ਸਟੇ ਤੇ ਇਕੱਠੇ ਹੋ ਕੇ ਬੈਠਾਂ ਦਾ। ਤੁਸੀਂ ਇਹੋ ਜਿਹਾ ਕੋਈ ਸੋਚਿਆ ਕਿ ਜੇ ਜਦੋਂ ਥਾਂ ਬਣ ਜੇਗੀ ਪੰਜਾਬ ਤੋਂ ਜਿਹੜਾ ਵੀ ਬੰਦਾ ਆਏਗਾ ਉਹਨਾਂ ਲਈ ਕੁਝ ਧਰਮਸ਼ਾਲਾ ਬਣਾਈ ਬਣਾਈ ਜਾਵੇ। ਕੱਲ ਨੂੰ ਉਹਨਾਂ ਨੂੰ ਆਸਰਾ ਹੋਵੇ ਕਿ ਚਲੋ ਰਹਿਣ ਦਾ ਰਹਿਣ ਬਸਰ ਦਾ ਸਾਰੇ ਕਿਤੇ ਹੋ ਹੀ ਜਾਂਦਾ ਪਰ ਉਹਨਾਂ ਲਈ ਕੋਈ ਵੱਖਰਾ ਇੰਤਜ਼ਾਮ ਪੰਜਾਬੀਆਂ ਦੇ ਲਈ ਪੰਜਾਬ ਦੇ ਹਿੰਦੂਆਂ ਲਈ ਜੋ ਕਿ ਥੋੜੀ ਥਾਂ ਤੇ ਆ ਕੇ ਰਹਿ ਸਕਣ ਅਜੇ ਹਾਂ ਵੀ ਕੁਝ ਕਰੋਗੇ ਦੇਖੋ ਇਹ ਜਿਹੜਾ ਉਹ ਰੇ ਅਸਥਾਨ ਬਣਨਾ ਇਹ ਪੰਜਾਬ ਦਾ ਹੀ ਹੈ ਇੱਥੇ ਜਿਹੜਾ ਇਹ ਕੋਈ ਮੇਰਾ ਨਹੀਂ ਹੋਏਗਾ ਜਾਂ ਕੋਈ ਆਪਣਾ ਨਹੀਂ ਹੈਗਾ ਇਹ ਸਾਰੀ ਕਾਇਨਾਤ ਸਾਰੇ ਪੰਜਾਬੀਆਂ ਚਾਹੇ ਉਹ ਹਿੰਦੂ ਨੇ ਚਾਹੇ ਉਹ ਸਿੱਖ ਨੇ ਕੋਈ ਵੀ ਅੱਜ ਕਿਤੇ ਆਉਣਾ ਚਾਹੁੰਦਾ ਆਜੋਧਿਆ ਨੂੰ ਤੁਹਾਨੂੰ ਕੋਈ ਰੋਡਸ ਦੇ ਵਿੱਚ ਤਕਲੀਫ ਹੁੰਦੀ ਹੈ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਤੁਸੀਂ ਕੁਝ ਦਾਨ ਪੁੰਨ ਵੀ ਕਰਨਾ ਚਾਹੁੰਦੇ ਜੇ ਤੁਹਾਡੀ ਲੱਗਦਾ ਹੈ ਤੁਹਾਡੀ ਸ਼ਾਦ ਆਵੇ ਕੋਈ ਇੱਟਾਂ ਦੇਣਾ ਚਾਹੁੰਦਾ ਕੋਈ ਲੰਗਰ ਦੇ ਵਿੱਚ ਰਸ ਰਣੀ ਚਾਹੁੰਦਾ ਵੱਖ-ਵੱਖ ਢਾਂਗਾ ਨਾਲ ਤੁਸੀਂ ਅਗਰ ਸੇਵਾ ਕਰਨ ਤੁਸੀਂ ਦਿੱਤੇ ਹੋਏ ਨੰਬਰ ਤੇ ਕਦੇ ਵੀ ਕਾਲ ਕਰ ਸਕਦੇ ਹੋ ਤੁਸੀਂ ਨੰਬਰ ਜਿਹੜਾ ਹੈਗਾ ਮੇਰਾ ਨੋਟਸ ਹੈ 98148 95287 98148 95 287 ਇਥੇ ਕਾਲ ਕਰ ਸਕਦੇ ਆ ਕੋਈ ਵੀ ਅੱਜ ਵੀ ਜੇ ਕਿਸੇ ਨੂੰ ਕੋਈ ਇਥੇ ਚਾਹੇ ਆਪ ਜੀ ਆਏ ਹੋ ਜਾਂ ਹੋਰ ਵੀ ਸਾਡੇ ਪੰਜਾਬ ਤੋਂ ਬਹੁਤ ਸਾਰਾ মিডিਆ ਆਇਆ ਉਹਨਾਂ ਨੂੰ ਪਹਿਲਾਂ ਮੈਂ ਇਹ ਕਹਿ ਕਿ ਤੁਹਾਨੂੰ ਕੋਈ ਵੀ ਕੋਈ ਚੀਜ਼ ਦੀ ਲੋੜ ਆ ਅਸੀਂ ਤੁਹਾਡੇ ਵਾਸਤੇ ਹਾਜ਼ਰ ਜਿੰਨੀ ਸਾਡੀ ਮਹਾਰਾ ਨੇ ਸਾਨੂੰ ਅਸੀਂ ਉਹਦੇ ਵੱਧ ਚੜਕੇ ਵੀ ਤੁਹਾਡੀ ਸੇਵਾ ਕਰਾਂਗੇ ਤੁਸੀਂ ਕਦੀ ਐਸੀ ਜੀ ਤਸਵੀਰ ਦੇਖੀ ਆ ਕਿ ਮੰਦਿਰ ਦੇ ਵਿੱਚ ਗੁਰੂ ਦਾ ਲੰਗਰ ਵਰਤ ਰਿਹਾ ਹੋਵੇ ਕਦੀ ਇਹੋ ਜਿਹਾ ਅਸੀਂ ਤਾਂ ਨਹੀਂ ਦੇਖਿਆ ਪਹਿਲੀ ਵਾਰ ਮੈਨੂੰ ਲੱਗਦਾ ਇੰਜ ਹੋ ਰਿਹਾ ਹੋਵੇ ਅਸਲ ਦੇ ਵਿੱਚ ਕਈ ਵਾਰ ਅਸੀਂ ਨਾ ਆਪਣੇ ਆਪ ਨੂੰ ਕਦੇ ਪਬਲਿਕ ਦੇ ਵਿੱਚ ਪਬਲਿਸਿਟੀ ਵਾਸਤੇ ਨਹੀਂ ਆਇਆ ਕੀਤਾ ਮੈਂ ਚੰਡੀਗੜ੍ਹ ਦੇ ਵਿੱਚ ਜਿੱਥੇ ਮੇਰਾ ਘਰ ਆ 47 ਸੈਕਟਰ ਰਾਮ ਮੰਦਿਰ ਆ ਰਾਮ ਮੰਦਿਰ ਦੇ ਬਿਲਕੁਲ ਨਾਲ ਅਸੀਂ ਨਿਰੰਤਰ ਹਰ ਸਾਲ ਦਾਲ ਬਲਾਨੇ ਆ ਉਥੇ ਦਾਲ ਪੜਾਹ ਕਰਦੇ ਨੇ ਇਸ ਹਾਲ ਵੀ ਦਸੰਬਰ ਚ ਪੜਾਹ ਕੀਤਾ ਨਵੇਂ ਸਾਲ ਤੇ ਤਿੰਨ ਦਿਨ ਉਥੇ ਰਹਿੰਦੇ ਨੇ ਔਰ ਪਿੱਛੇ ਜੋ ਆਰਾਮ ਨਾਮੀ ਲੰਗੀ ਆ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਰਾਮ ਮੰਦਿਰ ਦਾ ਜਿਹੜਾ ਲੰਗਰ ਆ ਉਥੇ ਦੀ ਤੁਸੀਂ ਆਪਣੇ ਜਿਹੜੇ ਆਨੰਦ 무ਨੀ ਜੀ ਨੇ ਮੇਰੇ ਭਰਾ ਹੀ ਨੇ ਸੰਭਲੋ ਹਨ ਪੰਡਤ ਜੀ ਬਹੁਤ ਸਤਿਕਾਰ ਉਹਨਾਂ ਆਨੰਦ 무ਨੀ ਜੀ ਹਨਾ ਅਮਿਤ ਜੀ ਨੇ ਠੀਕ ਹੈ ਅਮਿਤ ਠਾਕਰ ਜੀ ਨੇ ਇਹ ਸਾਰੇ ਸਾਡੇ ਪੜੋਸੀ ਵੀ ਨੇ ਤੇ ਭਰਾ ਵੀ ਨੇ ਤੇ ਸ਼ਰਮਾ ਜੀ ਨੇ ਮੇਰੇ ਲਾਗੀ ਉਹ ਵੀ ਨੇ ਸੋ ਇਹ ਸਾਰਿਆਂ ਨੇ ਰਲ ਕੇ ਅਸੀਂ ਉਹਨਾਂ ਦੇ ਨਾਲ ਅਸੀਂ ਨਿਹੰਗ ਸਿੰਘਾਂ ਨੇ ਲੰਗਰ ਬਣਾਇਆ ਨਿਹੰਗ ਸਿੰਘਾਂ ਨੇ ਵਰਤਾਇਆ ਤੇ ਅਸੀਂ ਇੱਕ ਇੱਕ ਚੀਜ਼ ਅਸੀਂ ਆਪਣੇ ਘਰ ਤੋਂ ਹੀ ਲੈ ਕੇ ਗਏ ਉਹ ਸਾਰੀ ਲੰਗਰ ਦੀ ਸੇਵਾ ਜਿਹੜੀ ਆ ਉਸ ਦਿਨ ਦੀ ਅਸੀਂ ਕਿਤੇ ਦੁਸਹਿਰਾ ਮਹੱਤਵ ਅਸੀਂ ਕੀਤਾ ਸੋ ਇਹ ਪਰੰਪਰਾ ਜਿਹੜੀਆਂ ਨੇ ਲੋਕ ਇਹਨੂੰ ਸਾਨੂੰ ਦਿਖਾਣੀਆਂ ਚਾਹੀਦੀਆਂ ਥੋੜੀ ਇੱਕ ਵੀਡੀਓ ਮੈਨੂੰ ਹੁਣੇ ਯਾਦ ਆ ਗਿਆ ਥੋੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਕਾਂਗਰਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਹੀ ਸੁਣਨ ਨੂੰ ਨਹੀਂ ਮਿਲੇਗਾ ਫਿਰ ਇਸ ਤਰ੍ਹਾਂ ਲੋਕ ਕਹਿ ਦਿੰਦੇ ਆ ਫਿਰ ਕਿ ਇੱਕ ਤਰ੍ਹਾਂ ਦਾ ਬੀਜੇਪੀ ਨੂੰ ਸਪੋਰਟ ਕਰ ਰਹੇ ਨੇ ਨਿਹੰਗ ਬਾਬਾ ਹਰਜੀਤ ਸਿੰਘ ਫਿਰ ਉਹ ਕੀ ਚੀਜ਼ ਆ ਕਿਉਂਕਿ ਰਾਮ ਮੰਦਰ ਬਣਨਾ ਤੇ ਕੋਰਟ ਦੀ ਲੜਾਈ ਆ ਉਹ ਤਾਂ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਜਿੱਤਿਆ ਉਸ ਤੋਂ ਬਾਅਦ ਮੰਦਿਰ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ ਕਾਂਗਰਸ ਦਾ ਇਸ ਦੇ ਵਿੱਚ ਕੀ ਰੋਲ ਹੈ ਕਾਂਗਰਸ ਨੂੰ ਇੰਜ ਤੁਸੀਂ ਕਿਉਂ ਕਿਹਾ ਕਿ ਇਸ ਦਾ ਤਾਂ ਆਉਣ ਵਾਲੇ ਸਮੇਂ 'ਚ ਨਾਮ ਹੀ ਨਹੀਂ ਸੁਣਨ ਨੂੰ ਮਿਲਣਾ ਉਹਦਾ ਕਾਰਨ ਇਹ ਬਿਲਕੁਲ ਸੱਚ ਹੈ ਇਹ ਇਹਨੂੰ ਤੁਸੀਂ ਤੁਸੀਂ ਚਾਹੇ ਕਿਸੇ ਵੀ ਢੰਗ ਨਾਲ ਤੁਸੀਂ ਲੈ ਲਓ ਉਹਦਾ ਕਾਰਨ ਆ ਕਾਂਗਰਸ ਉਹ ਪਾਰਟੀ ਹੈ ਜਿਨੇ ਹਰ ਮੰਦਿਰ ਟਾਇਆ ਠੀਕ ਹੈ ਗੁਰੂ ਰਾਮਦਾਸ ਦੇ ਦਰ ਤੇ ਜਿਨ੍ਹਾਂ ਨੇ ਤੋਪਾਂ ਟੈਂਕਾਂ ਦੇ ਨਾਲ ਚੜਾਇਆ ਜਿਹੜੀ ਅੱਜ ਦੀ ਸਰਕਾਰ ਆ ਉਹਨੇ ਤਾਂ ਮੰਦਿਰਾਂ ਦਾ ਨਿਰਮਾਣ ਕੀਤਾ ਹੈ ਧਰਮ ਨੂੰ ਜਿਹੜੀ ਪਾਰਟੀ ਅੱਗੇ ਰੱਖ ਕੇ ਚੱਲਦੀ ਆ ਉਹੀ ਧਰਮ ਤੇ ਰਹੇਗੀ ਉਹੀ ਸੱਚ ਤੇ ਰਹੇਗੀ ਸੱਚ ਦੀ ਹੀ ਜਿੱਤ ਹੁੰਦੀ ਆ ਇਹ ਜਿਹੜੇ ਲੋਕ ਨੇ ਇਹਨਾਂ ਦਾ ਆਪ ਦਾ ਕੋਈ ਧਰਮ ਨਹੀਂ ਤਾਂ ਇਹਨੇ ਫਿਊਚਰ ਦੇ ਵਿੱਚ ਤੁਹਾਨੂੰ ਜਿਵੇਂ ਅਸੀਂ ਕਹਿੰਦੇ ਆ ਕਿ ਅਜਾਇਬ ਘਰ ਦੇ ਵਿੱਚ ਤੁਹਾਨੂੰ ਇਹਨਾਂ ਦੇ ਝੰਡੇ ਤੇ ਜ ਇਹਨਾਂ ਦੇ ਨਿਸ਼ਾਨ ਦੇਖਣ ਨੂੰ ਮਿਲenge ਕਿ ਸਾਡੇ ਦੇਸ਼ ਦੀ ਇਹ ਕੋਈ ਪਾਰਟੀ ਹੁੰਦੀ ਸੀ ਤੁਸੀਂ ਸਿੱਧਾ ਤੌਰ ਤੇ ਬੀਜੇਪੀ ਨੂੰ ਸਪੋਰਟ ਕਰਦੇ ਹੋ ਇਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਦੇਸ਼ ਦਾ ਜਿਹੜੀ ਸਾਡੀ ਦੇਸ਼ ਦੀ ਜਨਤਾ ਹੈ ਉਹ ਕਿਸੇ ਵੀ ਪਾਰਟੀ ਦੀ ਹੋਵੇ ਉਹ ਤਾਂ ਆਮ ਪਬਲਿਕ ਹੈ ਆਮ ਪਬਲਿਕ ਦੀ ਕੀ ਉਹ ਆਮ ਪਬਲਿਕ ਜਿਹੜੀ ਹੈ ਸ਼ਾਂਤੀ ਪਸੰਦ ਕਰਦੀ ਆ ਜਿਹੜਾ ਸਾਡੇ ਤੇ ਜ਼ੁਲਮ ਹੋਏ ਨੇ ਉਹਨਾਂ ਜ਼ੁਲਮਾਂ ਦਾ ਬਦਲਾ ਪਸੰਦ ਕਰਦੀ ਆ ਉਹਨਾਂ ਦਾ ਜਵਾਬ ਦੇਣਾ ਪਸੰਦ ਕਰਦੀ ਆ ਅੱਜ ਪਾਕਿਸਤਾਨ ਤੇ ਬਾਰਡਰ ਤੇ ਸਾਡੇ ਸਿੰਘ ਮਾਰੇ ਜਾ ਰਹੇ ਨੇ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਸਾਡੇ ਵਾਸਤੇ ਉਹ ਕਿੰਨਾ ਕੁ ਉਹ ਚੰਗੀ ਗੱਲ ਹੈ ਸਾਡੇ ਵਾਸਤੇ ਉਹ ਬੜੀ ਗਰਵ ਦੀ ਗੱਲ ਹੈ ਕਿ ਉਹ ਅਸੀਂ ਉਥੇ ਦੇਸ਼ ਤੇ ਪਹਿਰਾ ਦਿੱਤੇ ਆ ਉਸੇ ਦੇਸ਼ ਦੇ ਅਸੀਂ ਵਾਸੀ ਆ ਜਿਸ ਵਾਸਤੇ ਅਸੀਂ ਮਰ ਮਿੱਟੇ ਆ ਇਹ ਸਾਡੇ ਲੋਕ ਨੇ ਮੰਦਰ ਸਾਡੇ ਨੇ ਕਿਸੇ ਬਾਹਰੀ ਕੰਟਰੀ ਤੇ ਥੋੜੀ ਆ ਜੇ ਅਸੀਂ ਆਪਣੇ ਮੰਦਰਾਂ ਤੇ ਆਪਣੇ ਦੇਸ਼ ਤੇ ਆਪਣੀ ਗਵਰਨਮੈਂਟ ਦਾ ਸਹਿਯੋਗ ਨਹੀਂ ਕਰਾਂਗੇ ਤਾਂ ਕੌਣ ਕਰੂਗਾ ਇਸ ਕਰਕੇ ਇਹ ਕੋਈ ਭਾਜਪਾ ਦੀ ਗੱਲ ਨਹੀਂ ਹੈਗੀ ਤੁਸੀਂ ਇੱਥੇ ਨਾਮ ਦੇ ਨਾਲ ਇਹਨੂੰ ਜਾਣੋ ਕੋਈ ਵੀ ਪਾਰਟੀ ਸੈਂਟਰ ਦੇ ਵਿੱਚ ਜਿਹੜੀਆਂ ਦੋਵੇਂ ਪਾਰਟੀਆਂ ਨੇ ਜਾਂ ਭਾਜਪਾ ਸਰੀ ਹੈ ਕਾਂਗਰਸ ਰਹੀ ਆ ਅਗਰ ਉਹਦਾ ਨਾਮ ਦੇ ਨਾਲ ਭਾਜਪਾ ਲੱਗਿਆ ਹੋਆ ਤਾਂ ਉਹਨੂੰ ਭਾਜਪਾ ਨਾ ਗੁਣੀ ਦੇਖੋ ਉਹਨਾਂ ਲੋਕਾਂ ਦੇ ਕਿਰਦਾਰ ਨੂੰ ਦੇਖੀਏ ਕਿ ਜਿਹੜੇ ਅੱਜ ਮੰਦਰ ਦੀ ਗੱਲ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਂਦੇ ਨੇ ਧਰਮ ਦਾ ਨੂੰ ਮੁੱਖ ਰੱਖਦੇ ਆ ਲੇਕਿਨ ਇੱਥੇ ਹੀ ਪੰਜਾਬ ਦੇ ਵਿੱਚ ਸਾਡੀਆਂ ਪਾਰਟੀਆਂ ਨੇ ਕੀ ਕੀਤਾ ਧਰਮ ਨੂੰ ਢਾਹ ਲਈ ਤੇ ਅੱਜ ਉਹ ਲੋਕ ਹੈ ਨਹੀਂ ਸੱਤਾ ਦੇ ਵਿੱਚ ਸੋ ਇਹ ਜੀ ਜੀ ਇਹੀ ਗੱਲ ਹੈ ਕਿ ਜਿਹੜੀਆਂ ਪਾਰਟੀਆਂ ਧਰਮ ਨੂੰ ਮੁੱਖ ਰੱਖ ਕੇ ਚੱਲਦੀਆਂ ਕਿਉਂਕਿ ਉਹੀ ਅਖੀਰ ਨੂੰ ਸਰਵਾਈਵ ਕਰਦੀਆਂ ਨੇ ਸੋ ਸਾਨੂੰ ਜਿਹੜੇ ਲੋਕ ਧਰਮ ਨੂੰ ਮੰਨਦੇ ਨੇ ਸਾਡੀ ਸੰਸਕ੍ਰਿਤੀ ਨੂੰ ਮੰਨਦੇ ਨੇ ਜਿਹੜੇ ਸਾਡੇ ਸੰਸਕ੍ਰਿਤੀ ਨੂੰ ਪਿਆਰ ਕਰਦੇ ਨੇ ਸਾਡੀ ਆਪਸੀ ਪਿਆਰ ਇਤਫਾਕ ਭਾਈਚਾਰਕ ਸਾਨੂੰ ਵਧਾਉਂਦੇ ਨੇ ਅਸੀਂ ਉਹਨਾਂ ਨੂੰ ਹੀ ਸਪੋਰਟ ਕਰਦੇ ਆਂ ਨਾ ਕਿ ਪਾਰਟੀ ਨੂੰ ਕਰਦੇ ਆ ਇਹ ਸਾਡੇ ਹੀ ਲੋਕ ਨੇ ਦੇਸ਼ ਦਾ ਪ੍ਰਧਾਨ ਮੰਤਰੀ ਬਾਹਰ ਤੋਂ ਨਹੀਂ ਸਾਡਾ ਆਪਣਾ ਹੈ ਤਾਂ ਸਾਨੂੰ ਚੰਗੀ ਚੀਜ਼ ਦੀ ਤਾਰੀਫ਼ ਕਰਨੀ ਚਾਹੀਦੀ ਆ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਤਾਂ ਇਹ ਸੀ ਨਿਹੰਗ ਬਾਬਾ ਹਰਜੀ ਸਿੰਘ ਰਸੂਲਪੁਰ ਵਾਲੇ ਜਿਨ੍ਹਾਂ ਨੇ ਆਪਣਾ ਅਗਲਾ ਪਲਾਨ ਦੱਸਿਆ ਟਰਸਟ ਤੋਂ ਲਿਖਤੀ ਰੂਪ ਚ ਥਾ ਮੰਗਣਗੇ ਔਰ ਥਾ ਮਿਲਣ ਤੇ ਉਹਨਾਂ ਨੇ ਅਯੁੱਧਿਆ ਦੇ ਵਿੱਚ ਬਹੁਤ ਕੁਝ ਸੋਚ ਰੱਖਿਆ ਹੈ ਔਰ ਪੰਜਾਬ ਦੇ ਵਿੱਚ ਇੱਕੋ ਸਟੇਜ ਦੇ ਉੱਤੇ ਹਰ ਇੱਕ ਧਰਮ ਦਾ ਉਹ ਸੰਤ ਮਹੰਤ ਨੂੰ ਇਕੱਠਾ ਕਰਨ ਦਾ ਵੀ ਸੋਚ ਰੱਖਿਆ ਹੈ ਔਰ ਜਿਵੇਂ ਤੁਸੀਂ ਸੁਣਿਆ ਪਾਰਟੀਆਂ ਨੂੰ ਲੈ ਕੇ ਜੋ ਬਿਆਨਬਾਜ਼ੀ ਲਗਾਤਾਰ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਉਸ ਤੇ ਵੀ ਉਹਨਾਂ ਨੇ ਆਪਣਾ ਪੱਖ ਰੱਖਿਆ ਕੈਮਰਾਮੈਨ ਦਵਿੰਦਰ ਦੇ ਨਾਲ ਪ੍ਰਿੰਸ ਉਨਿਆਲ ਅਯੁੱਧਿਆ ਪ੍ਰੂ ਪੰਜਾਬ ਟੀਵੀ